ਕੁਛ ਘਟਨਾਵਾਂ ਹੋਈਆਂ ਵਾ ਉਸ ਸੰਬੰਧੀ ਜਿਹੜੀ ਤੁਸੀਂ ਮੁਕੱਦਮਾ ਨੰਬਰ 37 ਦਰਜ ਕੀਤਾ ਉਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ। ਇਹ ਜਿਹੜਾ ਜੀ 11 ਤਰੀਕ ਨੂੰ ਇੱਕ ਐਸਆਈ ਚਰਨਜੀਤ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਪੱਟੀ ਦੇ ਏਰੀਏ ਦੇ ਵਿੱਚ ਜਾਂ ਲਾਗੇ ਬੰਨੇ ਏਰੀਏ ਦੇ ਵਿੱਚ ਲੁੱਟਾ ਖੋਹਾ ਗਰੋਹ ਕਰਦਾ ਵਾ, ਜਿਹੜਾ ਹਥਿਆਰਾਂ ਦੀ ਨੋਕ ਦੇ ਉੱਤੇ ਲੋਕਾਂ ਕੋਲ ਲੁੱਟ ਖੋਹ ਕਰਦਾ ਜਾਂ ਕੋਈ ਸੱਟਾ ਮਾਰ ਕੇ ਉਹਨਾਂ ਕੋਲ ਖੋਹ ਕਰਕੇ ਲੈ ਜਾਂਦਾ, ਉਹ ਗੈਂਗ ਜਿਹੜਾ ਆ ਕੁੱਲਾ ਰੋਡ ਲਾਗੇ ਜਿਹੜੇ ਆ ਆਪਣੇ ਗੋਦਾਮ ਆ ਉਹਨਾਂ ਦੇ ਲਾਗੇ ਜਿਹੜੇ ਮੁਸਤੈਦੀ ਦੇ ਨਾਲ ਜਿਹੜੇ ਆ ਉੱਥੇ ਪਲਾਨ ਆਊਟ ਕਰ ਰਹੇ ਆ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ। ਇਹ ਟੋਟਲ 5 ਵਿਅਕਤੀ ਸੀਗੇ ਜੀ ਉੱਥੇ, ਜਦੋਂ ਮੌਕੇ ਤੇ ਪੁਲਿਸ ਪਾਰਟੀ ਨੇ ਰੇਡ ਕੀਤਾ ਤੇ 2 ਵਿਅਕਤੀ ਉੱਥੋਂ ਮੌਕੇ ਤੋਂ ਭੱਜ ਗਏ ਨੇ, 3 ਵਿਅਕਤੀਆਂ ਨੂੰ ਉਹਨਾਂ ਨੇ ਵੱਖ ਵੱਖ ਹਥਿਆਰਾਂ ਸਮੇਤ ਜਿਹੜਾ ਉੱਥੋਂ ਮੌਕੇ ਤੋਂ ਕਾਬੂ ਕਰ ਲਿਆ। ਇਹਨਾਂ ਨੇ ਇੱਥੇ ਇੱਕ ਲੇਡੀਜ਼ ਬਜ਼ੁਰਗ ਆ ਉਹਦੀਆਂ ਔਰਤ ਦੀਆਂ ਜਿਹੜੀਆਂ ਨੇ ਵੰਗਾਂ 2 ਖੋਈਆਂ ਸੀਗੀਆਂ, ਇੱਕ ਇਹਨਾਂ ਨੇ ਇੱਥੇ ਲੈਣਾ ਦੇ ਉੱਤੇ ਬੰਦੇ ਦਾ ਹੱਥ ਵੱਢਿਆ ਸੀਗਾ, ਇੱਕ ਇਹਨਾਂ ਨੇ ਇੱਥੇ ਸਾਡੇ ਪੱਟੀ ਸ਼ਹਿਰ ਦੇ ਵਿੱਚ ਠੇਕਾ ਲੁੱਟਿਆ ਸੀਗਾ, ਇੱਕ ਲੇਡੀਜ਼ ਦੇ ਕੋਲੋਂ ਪਰਸ ਖੋਇਆ ਸੀਗਾ। ਇਸ ਤਰ੍ਹਾਂ ਇਹਨਾਂ ਕਾਫੀ 5-7 ਵਾਰਦਾਤਾਂ ਨੂੰ ਜਿਹੜਾ ਸਾਡੇ ਪੱਟੀ ਸ਼ਹਿਰ ਦੇ ਵਿੱਚ ਹੀ ਅੰਜਾਮ ਦਿੱਤਾ ਹੋਇਆ ਸੀਗਾ ਤੇ ਦਹਿਸ਼ਤ ਦਾ ਮਾਹੌਲ ਸੀਗਾ ਪਬਲਿਕ ਦੇ ਵਿੱਚ। ਸਾਡੀ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਜਿਹੜੇ ਆ ਆਪਣੇ ਖੁਫੀਆ ਸੋਰਸ ਲਗਾ ਕੇ ਇਹ ਗੈਂਗ ਨੂੰ ਜਿਹੜਾ ਵਾ ਕਾਬੂ ਕਰਕੇ ਤੇ ਵਾਰਦਾਤਾਂ ਜਿਹੜੀਆਂ ਨੇ ਟਰੇਸ ਆਊਟ ਕੀਤੀਆਂ ਨੇ। ਇਹ ਜਿਹੜਾ ਗੈਂਗ ਦਾ ਲੀਡਰ ਇਹਦਾ ਨਾਮ ਆ ਮਨਦੀਪ ਸਿੰਘ ਮਣੀ ਕੱਟਾ, ਇਹ ਬਸਤੀ ਦਾ ਰਹਿਣ ਵਾਲਾ ਵਾ ਪੱਟੀ ਦਾ। ਇਹਦੇ ਨਾਲ ਇੱਕ ਹੈਗਾ ਵਾ ਆਕਾਸ਼ਦੀਪ, ਇੱਕ ਰਾਣਾ ਵਾ, ਇੱਕ ਇਹਦੇ ਨਾਲ ਆ ਪਰਮਜੀਤ ਸਿੰਘ ਪੰਮਾ ਵਲਟੋਈਆ ਕਹਿੰਦੇ ਨੇ ਉਹਨੂੰ, ਇੱਕ ਇਹਦੇ ਨਾਲ ਆ ਕੈਪਟਨ ਕਮੋ ਪਿੰਡ ਦਾ। ਇਹਨਾਂ 5 ਜਣਿਆਂ ਦਾ ਗੈਂਗ ਸੀਗਾ ਤੇ ਰਾਤ ਨੂੰ ਲੁੱਟ ਖੋ ਕਰਕੇ ਇੱਥੇ ਬਸਤੀ ਦੇ ਵਿੱਚ ਇੱਕ ਸਰਬਜੀਤ ਕੌਰ ਔਰਤ ਆ ਉਹਦੇ ਘਰ ਦੇ ਵਿੱਚ ਪਨਾਹ ਲੈ ਲੈਂਦੇ ਸੀਗੇ ਤੇ ਉਹਨੂੰ ਜਾ ਕੇ ਜਿਹੜਾ ਚੋਰੀ ਕੀਤਾ ਸਮਾਨ ਵਗੈਰਾ ਵੀ ਸਾਰਾ ਉਹਦੇ ਕੋਲ ਰੱਖਦੇ ਸੀਗੇ। ਇਹ ਜਿਹੜਾ ਉਹ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਹੜੀਆਂ ਇਹਨਾਂ ਨੇ ਵੰਗਾਂ ਲਾਈਆਂ ਸੀਗੀਆਂ ਲੇਡੀਜ਼ ਦੀਆਂ, ਉਹ ਵੰਗਾਂ ਉਹ ਔਰਤ ਸਰਬਜੀਤ ਛੱਬੋ ਦੇ ਕੋਲੋਂ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਨੇ ਤੇ ਕੱਟੇ ਦੀ ਨਿਸ਼ਾਨਦੇਹੀ ਤੇ ਉਹਦੇ ਘਰੋਂ ਇੱਕ ਸਿੰਗਲ ਬੈਰਲ ਗਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ, 2 ਪਿਸਤੌਲ ਬਰਾਮਦ ਕੀਤੇ ਗਏ ਨੇ, ਇੱਕ ਦਾਤਰ ਬਰਾਮਦ ਕੀਤਾ ਗਿਆ ਇਹਨਾਂ ਕੋਲ, ਇੱਕ 5 ਜਿਹੜੇ ਆ ਚੋਰੀਸ਼ੁਦਾ ਮੋਟਰਸਾਈਕਲ ਆ ਉਹ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਦੇ ਉੱਤੇ ਜਿਹੜੇ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਨੇ। 120 ਗ੍ਰਾਮ ਹੀਰੋਇਨ ਜਿਹੜੀ ਹੈ ਮੌਕੇ ਤੋਂ ਉਸੇ ਵੇਲੇ ਹੀ ਐਸਆਈ ਚਰਨਜੀਤ ਸਿੰਘ ਨੇ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਸੀਗੀ। ਇਹਨਾਂ ਦਾ ਇਹ ਹੁਣ ਸਾਡੇ ਕੋਲ ਰਿਮਾਂਡ ਤੇ ਨੇ, ਇਹਨਾਂ ਕੋਲ ਮਜੀਦ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਇਹਨਾਂ ਦੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਨਾਲ ਦੇ ਲਾਗੇ ਇਲਾਕੇ ਦੇ ਵਿੱਚ ਕੀਤੀਆਂ ਜਾਂ ਹੋਰ ਕਿਹੜੇ ਥਾਣੇ 'ਚ ਵਾਰਦਾਤਾਂ ਕੀਤੀਆਂ ਉਹਨਾਂ ਬਾਰੇ ਪਤਾ ਲਾ ਰਹੇ ਆ। ਇਹਨਾਂ ਦੇ ਖਿਲਾਫ ਜਿਹੜੇ ਮਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਪੁਲਿਸ ਦਾ ਜਿਹੜਾ ਤੇ ਪਬਲਿਕ ਦਾ ਜਿਹੜਾ ਸਾਥ ਹੋਣਾ ਚਾਹੀਦਾ, ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ। ਇਹ ਵੀ ਜਿਹੜੇ ਲੋਕਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ, ਅਖੀਰ ਸਾਡੇ ਜਿਹੜੇ ਆ ਇਨਫੋਰਮਰ ਨੇ ਉਹ ਵੀ ਪਬਲਿਕ ਦੇ ਨੇ, ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦੇ ਕੇ ਇਹੋ ਜਿਹੇ ਮਾੜੇ ਅਨਸਰਾਂ ਨੂੰ ਜਿਹੜਾ ਕਾਬੂ ਕਰਾਇਆ ਵਾ, ਇਹਨਾਂ ਬਾਰੇ ਜਿਹੜਾ ਸੁਚੇਤ ਰਹਿਣਾ ਚਾਹੀਦਾ ਤੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਗੀ, ਤਕੜੇ ਹੋ ਕੇ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ, ਪੁਲਿਸ ਨੂੰ ਸੱਚੀ ਇਤਲਾਹ ਦੇਣੀ ਚਾਹੀਦੀ ਤਾਂ ਜੋ ਇਹੋ ਜਿਹੇ ਮਾੜੇ ਅਨਸਰਾਂ ਨੂੰ ਜਿਹੜਾ ਵਾ ਫੜ ਕੇ ਇਹਨਾਂ ਦੀ ਅਸਲੀ ਜਗ੍ਹਾ ਜਿਹੜੀ ਆ ਸਲਾਖਾਂ ਦੇ ਪਿੱਛੇ ਇਹਨਾਂ ਨੂੰ ਪਹੁੰਚਾਇਆ ਜਾ ਸਕੇ ਤੇ ਲੋਕਾਂ ਨੂੰ ਅਮਨ ਅਮਾਨ ਦੀ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਮਿਲ ਸਕੇ।